ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਸਵਾਗਤ ਆ ਜੀ ਤੁਹਾਡੇ ਆਪਣੇ ਯੂਟਿਊਬ ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋਜੜ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ 5 ਪਸ਼ੂ ਆ ਸੇਲ ਵਾਸਤੇ ਲੈ ਕੇ ਆਏ ਹਾਂ ਜੀ। 2 ਮੱਝਾਂ ਹੈਗੀਆਂ ਦੋਸਤੋ, ਇੱਕ ਝੋਟੀ ਆ, ਇੱਕ ਵੈੜ ਆ ਜੀ ਸੱਜਰ ਸੂਨ ਵਾਲੀ, ਇੱਕ ਦੋਸਤੋ ਨਾਲ ਸ਼ਾਹੀਵਾਲ ਦੇ ਵਿੱਚ ਵੈੜ ਹੈਗੀ ਆ, ਵੱਛੀ ਹੈਗੀ ਆ ਦੋਸਤੋ। ਵੀਰ ਹੋਣਾਂ ਦੇ ਨਾਲ ਬਾਤਚੀਤ ਕਰ ਲਾਂਗੇ, ਗੱਲਬਾਤ ਕਰ ਲਾਂਗੇ, ਇਹਨਾਂ ਪਸ਼ੂਆਂ ਦੀ ਜਿਹੜੀ ਆ ਫੁੱਲ ਡਿਟੇਲ ਆਪਾਂ ਪੁੱਛ ਲਵਾਂਗੇ ਵੀਰ ਹੋਣਾਂ ਤੋਂ, ਅਤੇ ਥਾਂ ਟਿਕਾਣਾ ਜਿਹੜਾ ਹੈਗਾ ਵੀਰੇ ਉਹ ਵੀ ਆਪਾਂ ਵੀਰ ਹੋਣਾਂ ਦੇ ਕੋਲੋਂ ਹੀ ਪੁੱਛਾਂਗੇ, ਕਿਹੜਾ ਪਿੰਡ ਹੈਗਾ, ਕਿਹੜਾ ਇਹਨੂੰ ਜ਼ਿਲ੍ਹਾ ਅਤੇ ਤਹਿਸੀਲ ਪੈਂਦੀ ਆ। ਸੋ ਪੁੱਛ ਲੈਂਦੇ ਹਾਂ ਵੀਰ ਹੋਣਾਂ ਤੋਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਵੀਰ ਜੀ, ਇੱਕ ਤਾਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ। ਨਾਮ ਦਿਲਬਾਗ ਸਿੰਘ ਜੀ। ਠੀਕ ਹੈ ਜੀ। ਸੋ ਦਿਲਬਾਗ ਸਿੰਘ ਵੀਰ ਜੀ, ਆਪਣਾ ਜਿਹੜਾ ਵਪਾਰ ਦਾ ਕੰਮ ਹੀ ਹੈ। ਹਾਂਜੀ। ਠੀਕ ਆ। ਅਤੇ ਵੀਰ ਜੀ, ਪਿੰਡ ਕਿਹੜਾ ਪੈ ਗਿਆ ਆਪਣਾ? ਪਿੰਡ ਜਗਤਪੁਰਾ ਜੀ। ਅਤੇ ਤਹਿਸੀਲ ਜ਼ਿਲ੍ਹਾ ਇਹਨੂੰ ਕਿਹੜਾ ਲੱਗਦਾ ਜੀ? ਤਹਿਸੀਲ ਪੱਟੀ ਜੀ, ਜ਼ਿਲ੍ਹਾ ਤਰਨ ਤਾਰਨ। ਠੀਕ ਆ ਜੀ। ਸੋ ਕਿਸਾਨ ਵੀਰੋ, ਤਹਿਸੀਲ ਪੱਟੀ ਆ, ਜ਼ਿਲ੍ਹਾ ਜਿਹੜਾ ਤਰਨ ਤਾਰਨ ਆ। ਸੋ ਇੱਕ ਦਿਲਬਾਗ ਵੀਰ ਜੀ, ਆਪਣੇ ਜਿਹੜੇ ਕੰਟੈਕਟ ਨੰਬਰ ਨੇ, ਸੰਪਰਕ ਨੰਬਰ ਬੋਲ ਕੇ ਜ਼ਰੂਰ ਦੱਸ ਦਈਏ ਪਹਿਲਾਂ। 99156 ਜੀ। ਹਾਂਜੀ। 43398। ਠੀਕ ਆ ਜੀ। ਸੋ ਕਿਸਾਨ ਵੀਰੋ, ਇਹ ਵੀਰ ਦੇ ਜਿਹੜੇ ਕੰਟੈਕਟ ਨੰਬਰ ਨੇ, ਜਿਹੜੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ, ਡਿਟੇਲ ਵੀ ਵੀਰ ਹੋਣਾਂ ਦੇ ਕੋਲੋਂ ਲਵਾਂਗੇ, ਅਤੇ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਵੀਰ ਹੋਣਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜਿਹੜਾ ਪਸ਼ੂ ਪਸੰਦ ਹੈ ਉਹ ਪਸ਼ੂ ਤੁਸੀਂ ਖਰੀਦ ਸਕਦੇ ਹੋ। ਸੋ ਵੀਰ ਜੀ, ਜੇ ਆਪਾਂ ਪਹਿਲੇ ਨੰਬਰ 'ਤੇ ਮੱਝ ਦੀ ਗੱਲ ਕਰੀਏ ਜਿਹੜੀ ਤੁਹਾਡੇ ਪਿੱਛੇ ਖੜੀ ਹੈ ਪਹਿਲੇ ਨੰਬਰ 'ਤੇ, ਸੋ ਇਸ ਦੀ ਆਪਾਂ ਨੂੰ ਜਾਣਕਾਰੀ ਦੇ ਦਿਓ ਵੀ ਇਹ ਕਿੰਨਵਾਂ ਸੂਆ ਸੂਈ ਹੈ ਜਾਂ ਸੂਣ ਵਾਲੀ ਹੈ, ਕੀ ਇਹਦਾ ਹਿਸਾਬ ਆ ਜੀ? ਜੀ 8 ਮਹੀਨਿਆਂ ਦੀ ਕੱਢਣੇ ਆ ਜੀ। ਠੀਕ ਹੈ ਜੀ। ਸੂਣ ਵਾਲੀ ਹੈ ਜੀ। ਠੀਕ ਹੈ ਜੀ। ਅੱਗੇ ਤੀਜਾ ਸੂਆ ਸੂਣ ਵਾਲੀ ਹੈ ਜੀ। 8 ਮਹੀਨੇ ਦੀ ਕਿਸਾਨ ਵੀਰੋ ਜਿਹੜੀ ਇਹ ਮੱਝ ਆ ਗੱਭਣ ਆ, ਅਤੇ ਅੱਗੇ ਤੀਜਾ ਸੂਆ ਸੂਣ ਜਾ ਰਹੀ ਆ, ਬਾਕੀ ਜਿਹੜੀ ਆ ਕਾਫੀ ਵਧੀਆ ਚੰਗੀ ਵਜਨਦਾਰ ਇਹ ਜਿਹੜੀ ਮੱਝ ਹੈਗੀ ਆ। ਸੋ ਵੀਰ ਜੀ, ਕਿੰਨਾ ਦੁੱਧ ਵੀ ਹੈਗਾ ਕੋਈ ਕਿ ਡਰਾਈ ਆ? ਬਿਲਕੁਲ ਜੀ। ਠੀਕ ਹੈ ਜੀ। 2 ਡੰਗ ਦਾ ਜੀ? ਹਾਂਜੀ, 2। ਤਿੰਨ ਉਸ ਵੇਲੇ, ਤਿੰਨ ਉਸ ਵੇਲੇ, ਹੈ ਨਾ ਜੀ? ਅਤੇ ਮਗਰ ਬੱਚਾ ਵੀ ਕੋਈ ਹੈਗਾ? ਅੱਗੇ ਬੱਚਾ ਕੋਈ ਨਹੀਂ। ਠੀਕ ਹੈ ਜੀ। ਸੋ ਕਿਸਾਨ ਵੀਰੋ, ਜਿਹੜੀ ਆ ਲੇਵੇ ਦੀ ਬਣਤਰ ਆ ਹਵਾਨੇ ਦੀ ਆ ਥਣਾਂ ਦੀ, ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ। ਸੋ ਵੀਰ ਜੀ, ਸੱਜਰ ਦਾ ਕਿੰਨਾ ਕੁ ਦੁੱਧ ਰਿਹਾ ਹੋਵੇਗਾ ਇਸਦਾ ਜੀ? ਸੱਜਰ ਦਾ ਕਿੰਨਾ ਕੁ ਦੁੱਧ ਰਿਹਾ ਜੀ? 20 ਲੀਟਰ ਦੀ ਕਪੈਸਿਟੀ ਰਹੀ ਆ। ਠੀਕ ਹੈ ਜੀ। ਸੋ ਦੋਸਤੋ, ਬਾਕੀ ਮਿਲਕ ਵੇਨ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ। ਵੱਡੀ ਮੈਂ ਆ, ਪਿੱਠਪੂੜੇ 'ਤੇ ਵੀ ਤੁਸੀਂ ਵੇਖ ਸਕਦੇ ਹੋ ਦੋਸਤੋ, ਪਿੱਠਪੂੜਾ ਵੀ ਕਾਫੀ ਜ਼ਿਆਦਾ ਚੌੜਾ, ਬਿਲਕੁਲ ਰਾਜੀ ਵਜਨਦਾਰ ਦੇ ਇਹ ਜਿਹੜੀ ਮੱਝ ਹੈਗੀ ਆ। ਅੱਗੇ ਤੀਜਾ ਸੂਆ ਸੂਣ ਜਾ ਰਹੀ ਆ, 8 ਮਹੀਨੇ ਦੀ ਵੀ ਹੁਣ ਦੱਸਿਆ ਗੱਭਣ, ਇੱਕ ਵਾਰੀ ਆਪਾਂ ਨੂੰ ਤੋੜ ਕੇ ਨਾ ਜ਼ਰੂਰ ਵਿਖਾ ਦਈਏ ਦਿੱਤੀ। ਬਾਕੀ ਕਿਸਾਨ ਵੀਰੋ, 6 ਲੀਟਰ ਦੁੱਧ ਬਿਲਕੁਲ ਇਸ ਟਾਈਮ ਇਸ ਦੇ ਥੱਲੇ ਰਹਿ ਗਿਆ, ਅੱਗੇ ਸੂਣ ਦੀ ਬਿਲਕੁਲ ਅੱਗੇ ਤਿਆਰੀ ਆ। ਸੋ ਵੀਰ ਜੀ, ਲੰਮਾ ਟਾਈਮ ਦੁੱਧ ਦੇ ਦਿੰਦੀ ਹੈ ਨਾ ਇਹ ਮੱਝ? ਲੰਮਾ ਟਾਈਮ ਮਿਲਦੀ ਹੈ। ਠੀਕ ਹੈ ਜੀ, ਤੋਰ ਲਈਏ ਜੀ। ਬਾਕੀ ਚੰਗੀ ਆ ਡੀਨਡੋਲ ਦੋਸਤੋ, ਵੀ ਜਿਹੜਾ ਪਿੱਠਪੂੜਾ ਉਹ ਤੁਸੀਂ ਨੋਟ ਕਰ ਸਕਦੇ ਹੋ, ਵਧੀਆ ਰਾਜੀ ਜਿਹੜੀ ਵਜਨ ਵਿੱਚ ਮੱਝ ਹੈਗੀ ਇਹ। ਲੈ ਆਈਏ ਜੀ। ਸੋ ਦੋਸਤੋ, ਅਜੇ 2 ਮਹੀਨੇ ਦਾ ਤਕਰੀਬਨ ਸਮਾਂ ਪਿਆ ਹੈਗਾ ਸੂਣ ਦੇ ਵਿੱਚ, ਬਾਕੀ ਦੁੱਧ ਵੀ ਹੈਗਾ ਥੱਲੇ, 2 ਮਹੀਨੇ ਦਾ ਸਮਾਂ ਵੀ ਪਿਆ, ਬਾਕੀ ਆਪਾਂ ਰੇਟ ਵੀਰ ਹੋਣਾਂ ਦੇ ਕੋਲੋਂ ਪੁੱਛ ਲੈਂਦੇ ਹਾਂ। ਸੋ ਦਿਲਬਾਗ ਵੀਰ ਜੀ, ਕੀ ਰੇਟ ਕੀ ਮੁੱਲ ਕਰਦੇ ਪਏ ਇਹਦਾ? 1.35 ਹੈ ਜੀ। ਠੀਕ ਹੈ ਜੀ। ਸੋ ਵੀਰ ਜੀ, ਮਾਨਤਾਨ ਮੌਕੇ 'ਤੇ ਹੋਣਗੇ? ਮਾਨਤਾਨ ਮੌਕੇ 'ਤੇ ਕਰਾਂਗੇ। ਠੀਕ, ਖੁੱਲ੍ਹ ਕੇ ਹੋ ਜਾਏਗਾ, ਹੈ ਨਾ? ਹਾਂਜੀ, ਖੁੱਲ੍ਹ ਕੇ। ਠੀਕ ਆ। ਸੋ ਦੂਜੇ ਨੰਬਰ 'ਤੇ ਵੀਰ ਜੀ, ਆਪਣੇ ਕੋਲ ਨੀਲੀ ਦੀ ਇੱਕ ਮੱਝ ਹੈ,
ਇਹਦੀ ਵੀ ਆਪਾਂ ਜਾਣਕਾਰੀ ਤੁਹਾਡੇ ਤੋਂ ਪੁੱਛ ਹੀ ਲੈਂਦੇ ਹਾਂ ਵੀ ਇਹ ਕਿਨਵਾਂ ਅੱਗੇ ਸੂਆ ਸੂਣ ਜਾ ਰਹੀ ਹੋਵੇਗੀ ਜੀ? ਠੀਕ ਹੈ ਜੀ, ਅੱਗੇ ਤੀਜਾ ਸੂਆ ਸੂਣ ਜਾ ਰਹੀ ਆ। ਠੀਕ ਆ। ਸੋ ਵੀਰ ਜੀ, ਬਰੀਡ ਵਾਈਜ਼ ਦੇਖੀਏ ਤਾਂ ਨੀਲੀ ਰਾਵੀ ਦੇ ਵਿੱਚ ਇਹ ਮੱਝ ਆਉਂਦੀ ਹੈ ਜੀ। ਠੀਕ ਆ। ਸੋ ਵੀਰ ਜੀ, ਕਿੰਨੇ ਕੁ ਦਿਨ ਹਜੇ ਹੋਰ ਲੈ ਜਾਏਗੀ? ਠੀਕ, ਇੱਕ ਹਫ਼ਤਾ ਤਕਰੀਬਨ ਮੰਨ ਕੇ ਚੱਲ ਗਏ। ਹਾਂਜੀ ਹਾਂਜੀ, ਇੱਕ ਹਫ਼ਤਾ ਦੋਸਤੋ ਹਜੇ ਇਸ ਮੱਝ ਨੇ ਲੈ ਜਾਣਾ ਹੈ। ਅਤੇ ਵੀਰ ਜੀ, ਕਿਨਮਾਂ ਤੀਜਾ ਸੂਆ ਦੱਸਿਆ ਨਾ ਸੂਣ ਜਾ ਰਹੀ ਹੈ, ਤੀਜਾ ਸੂਆ ਕਿਸਾਨ ਵੀਰ ਉਹ ਸੂਣ ਜਾ ਰਹੀ ਆ। ਬਾਕੀ ਥਣਾਂ ਦੀ ਜਿਹੜੀ ਆ ਸੱਜੇ ਪਾਸੇ ਜਿਹੜੀ ਤੁਸੀਂ ਆ ਖੱਬੇ ਪਾਸੇ ਜ਼ਰੂਰ ਨੋਟ ਕਰ ਸਕਦੇ ਹੋ। ਚੰਗੀ ਸੋਹਣੀ ਵਿਰਲਾ ਦੋਸਤੋ ਹਜੇ ਬਣ ਥਣ ਕੇ ਹਵਾਨਾ ਹਜੇ ਹੋਰ ਤਿਆਰ ਕਰ ਲੈਣਾ ਇਸ ਮੱਝ ਨੇ। ਸੋ ਵੀਰ ਜੀ, ਇਹ ਪੱਕਾ ਨੋਟ ਆ ਵੀ ਇੱਕ ਹਫ਼ਤੇ ਤੱਕ ਸੂਣ ਜਾ ਰਹੀ ਹੈ? ਕੋਈ ਜ਼ਿਆਦਾ ਸਮਾਂ ਲੈ ਕੇ ਜਾ ਸਕਦੀ ਹੈ? ਅਤੇ ਕਿੰਨੇ ਕੁ ਮਿਲਕ ਵਾਲੀ ਹੈ? ਕੋਈ ਦੂਜੇ ਸੂਏ ਦੇ ਵਿੱਚ ਕਿੰਨਾ ਕੁ ਦੁੱਧ ਕੀਤਾ ਇਹਨੇ ਰਿਹਾ ਪੀਕ ਲੈਵਲ? 15 ਲੀਟਰ ਦੁੱਧ ਰਿਹਾ ਇਹਦੇ ਵਿੱਚ। ਠੀਕ ਹੈ ਜੀ। ਸੋ ਕਿਸਾਨ ਵੀਰ, ਇੱਕ ਜਿਹੜਾ ਮੂੰਹ ਮੱਥਾ ਵੀ ਆਪਾਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਜ਼ਰੂਰ ਦਿਖਾ ਦਿੰਦੇ ਹਾਂ। ਆਹ ਸਿੰਘਾਂ ਦੀ ਬਣਤਰ ਆ ਜੀ, ਬਾਕੀ ਬਿੱਲੀ ਆਖ ਆ ਦੋਸਤੋ, ਤੁਸੀਂ ਵੇਖ ਸਕਦੇ ਹੋ ਬੱਗੀ ਮੁੱਛ ਆ, ਬਿਲਕੁਲ ਸੋਹਣੀ ਵਜਨਦਾਰ ਦੋਸਤੋ ਜਿਹੜੀ ਇਹ ਮੱਝ ਵੀਰ ਹੋਣਾ ਦੇ ਕੋਲ ਹੈਗੀ ਆ। ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜੀ ਮੱਝ ਵੀਰ ਹੋਣਾ ਦੇ ਨਾਲ ਮੁੱਲ ਕਰ ਸਕਦੇ ਹੋ। ਸੋ ਬਾਕੀ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ। ਹਜੇ ਇੱਕ ਹਫ਼ਤਾ ਤਕਰੀਬਨ ਪਿਆ ਸਮਾਂ, ਬਾਕੀ ਵੀਰ ਨੂੰ ਕਹਾਂਗੇ ਇਹਨੂੰ ਵੀ ਖੋਲ੍ਹ ਲਈਏ ਆਪਾਂ ਜੀ। ਬਾਕੀ ਸਿੰਗਲ ਹੱਡੀ ਦੇ ਵਿੱਚ ਹੈਗੀ ਆ ਦੋਸਤੋ, ਵਧੀਆ ਚੰਗੀ ਲਾਈਨ ਦੀ ਹੈਗੀ ਆ, ਜਿੱਦਾਂ ਪਾਕਿਸਤਾਨੀ ਨੀਲੀ ਰਾਵੀ ਦੀ ਲਾਈਨ ਹੁੰਦੀ ਆ ਉਸ ਤਰ੍ਹਾਂ ਦੀ ਦੋਸਤੋ ਜਿਹੜੀ ਇਹ ਮੱਝ ਦਾ ਭੁਲੇਖਾ ਪੈਂਦਾ। ਬਹੁਤ ਵਧੀਆ ਚੰਗੇ ਸ਼ਾਨਦਾਰ ਦੋਸਤੋ ਜੁੱਸੇ ਦੀ ਸਰੀਰ ਦੀ ਹੈਗੀ ਆ, ਪਿੱਠ ਪੂੜਾ ਕਾਫੀ ਜ਼ਿਆਦਾ ਚੌੜਾ, ਕਾਫੀ ਜ਼ਿਆਦਾ ਵਧੀਆ ਵਜਨ ਵਾਲੀ ਦੋਸਤੋ ਇਹ ਮੱਝ ਵੀਰ ਹੋਣਾ ਦੇ ਕੋਲ ਨੀਲੀ ਰਾਵੀ ਦੇ ਵਿੱਚ ਮੌਜੂਦ ਹੈਗੀ ਹੈ। ਇਸ ਟਾਈਮ ਤਕਰੀਬਨ 15 ਲੀਟਰ ਦੀ ਮਿਲਕ ਦੀ ਕਪੈਸਿਟੀ ਵੀਰ ਹੋਣਾ ਦੱਸਿਆ ਵੀ ਇਸ ਵਾਰ ਰਹੇਗੀ ਤੀਜੇ ਸੂਏ ਦੇ ਵਿੱਚ। ਬਾਕੀ ਤੁਸੀਂ ਜਦੋਂ ਆਓ ਮੌਕੇ 'ਤੇ ਆਪਣੀ ਨਿਰਖ ਫਰਕ ਆਪ ਕਰਕੇ ਮੁੱਲ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ, ਕਿਉਂਕਿ ਵੀਰ ਹੋਣਾ ਨੇ ਹਰ ਇੱਕ ਚੀਜ਼ ਨੇ ਜਿਹੜੇ ਵਪਾਰੀ ਵੀਰ ਨੇ ਜਾਂ ਕਿਸੇ ਵੀਰ ਨੇ ਵੀ ਆਪਣੀ ਡਿਮਾਂਡ ਜ਼ਰੂਰ ਕਰਨੀ ਹੁੰਦੀ ਆ। ਸੋ ਦਿਲਬਾਗ ਵੀਰ ਜੀ, ਮੁੱਲ ਕੀ ਕਰਦੇ ਆਪਾਂ ਇਸ ਮੱਝ ਦਾ? ਇਹਦਾ ਮੁੱਲ 95,000 ਕਰਦੇ ਆਪਾਂ। ਠੀਕ ਹੈ ਜੀ। ਅਤੇ ਮਾਨਤਾਨ ਤਾਂ ਇਹਦੇ ਵਿੱਚ ਵੀ ਹੋ ਜਾਏਗਾ ਨਾ? ਮਾਨਤਾਨ ਮੌਕੇ 'ਤੇ। ਠੀਕ ਹੈ ਜੀ। ਸੋ ਕਿਸਾਨ ਵੀਰ, ਜਿਹੜੇ ਮੇਰੇ ਵੀਰ ਖਰੀਦਦਾਰ ਪੱਕੇ ਖਰੀਦਦਾਰ ਹੋਣ ਉਹੀ ਸੰਪਰਕ ਕਰਨ ਮੇਰੇ ਵੀਰ, ਕਿਉਂਕਿ ਜਿਹੜੇ ਵੀਰ ਨੇ ਵੀਡੀਓ ਦੇ ਵਿੱਚ ਆਪਾਂ ਫੁੱਲ ਜਿੰਨੀ ਕੁ ਜਾਣਕਾਰੀ ਹੁੰਦੀ ਆਪਾਂ ਦੇ ਦਿੰਦੇ ਹਾਂ, ਉਸ ਤੋਂ ਬਾਅਦ ਕਈ ਵਾਰਾਂ ਵੀ ਵਾਰ ਵਾਰ ਪੁੱਛਣ ਤੋਂ ਦੋਸਤੋ ਉਹ ਵੀਰ ਨਾ ਸੰਪਰਕ ਕਰਨ, ਕਿਉਂਕਿ ਜਿਹੜੇ ਵੀਰ ਨੇ ਲੈਣੀ ਨਾ ਖਰੀਦਣੀ ਹੈ, ਚਾਹਵਾਨ ਹੋਵੇ ਇਛੁੱਕ ਹੋਵੇ ਉਹ ਵੀਰ ਹੀ ਫੋਨ ਕਰੇ। ਬਾਕੀ ਥਣਾਂ ਦੀ ਇੱਕ ਵਾਰੀ ਬਿਲਕੁਲ ਨਜ਼ਦੀਕੀ ਤੋਂ ਤੁਸੀਂ ਬਣਤਰ ਫਿਰ ਵੇਖ ਸਕਦੇ ਹੋ। ਅਤੇ ਵੀਰ ਜੀ, ਚੁਬਾਈ ਚੁਬੂਈ ਦੀ ਬਿਲਕੁਲ ਓਕੇ ਆ ਸਾਰੇ ਥਣਾਂ ਦੀ ਜੀ? ਠੀਕ ਆ। ਸੋ ਤੀਜੇ ਨੰਬਰ 'ਤੇ ਦੋਸਤੋ ਇੱਕ ਵੀਰ ਹੋਣਾ ਦੇ ਕੋਲ ਝੋਟੀ ਆ। ਸੋ ਵੀਰ ਜੀ, ਇਹਦੇ ਪਾ ਕੇ ਚੜਨਾ ਵੀ ਕਿਨਵਾਂ ਝੋਟੀ ਪਹਿਲਾਂ ਨਹੀਂ ਸੁਣ ਜਾ ਰਹੀ ਹੈਗੀ? ਠੀਕ ਆ ਜੀ। ਕਿੰਨੇ ਕੁ ਦਿਨ ਦੀ ਵੀਰ ਕੱਚੀ ਅਜੇ? 15-20 ਦਿਨ ਖੜ ਸਕਦੀ। ਠੀਕ ਆ ਜੀ। ਸੋ ਦੋਸਤੋ 15-20 ਦਿਨ ਹਜੇ ਇਸ ਝੋਟੀ ਨੇ ਲੈ ਜਾਣੇ ਨੇ। ਸੋ ਵੀਰੇ, ਮੂੰਹ ਉਹ ਪਤਾ ਕੋਈ ਕਿਵੇਂ ਹੋਵੇਗੀ ਕਿ ਦੰਦਾਂ ਦੁੰਦਾਂ ਤੋਂ ਕੁਛ? ਛਿੱਗੀ ਆ ਮੂੰਹ ਕਿਸਾਨ ਵੀਰੋ, ਛਿੱਗੀ ਆ, ਪਹਿਲਾਂ ਸੂਆ ਸੂਣ ਜਾ ਰਹੀ ਹੈ। ਤਕਰੀਬਨ 15 ਦਿਨ ਹਜੇ ਵੀਰ ਹੋਣਾ ਦੱਸਿਆ ਵੀ 15 ਦਿਨ ਵੀ ਲਿਜਾ ਸਕਦੀ ਆ, ਉੱਤੇ ਕੋਈ 2-3 ਦਿਨ ਲੈ ਕੇ ਜਾ ਸਕਦੀ। 20 ਦਿਨ ਦਾ ਤੁਸੀਂ ਐਸਟੀਮੇਟ ਮੰਨ ਕੇ ਚੱਲ ਸਕਦੇ ਹੋ। ਬਾਕੀ ਥਣਾਂ ਦੀ ਸੋਹਣੀ ਹੈਗੀ, ਸਾਫ਼ ਆ। ਸੋ ਵੀਰ ਜੀ, ਇਹਦਾ ਮੁੱਲ ਵੀ ਜ਼ਰੂਰ ਦੱਸ ਦਈਏ ਆਪਾਂ ਨੂੰ। ਹਾਂਜੀ, ਮੁੱਲ ਜ਼ਰੂਰ ਦੱਸ ਦਈਏ ਜੀ। ਹਾਂਜੀ, ਇਹਦਾ 1-10। 1-10 ਆ ਜੀ। ਠੀਕ ਹੈ ਜੀ। ਸੋ ਕਿਸਾਨ ਵੀਰੋ, 1,10,000 ਵੀਰ ਹੋਣਾ ਇਹਦਾ ਵੀ ਮੁੱਲ ਕੀਤਾ। ਬਾਕੀ ਤੁਸੀਂ
ਜਿੱਦਾਂ ਮੇਰੇ ਕਹਿਣ ਤੋਂ ਭਾਵ ਹੈ ਵੀ ਤੁਸੀਂ ਆਪਦਾ ਮੌਕੇ 'ਤੇ ਪਹੁੰਚ ਕੇ ਆਪਦੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ, ਕੋਈ ਗੁੱਸੇ ਗਿੱਲੇ ਵਾਲੀ ਗੱਲ ਨਹੀਂ ਹੁੰਦੀ ਗੀ। ਸੋ ਵੀਰ ਜੀ, ਇਹਨੂੰ ਵੀ ਆਪਾਂ ਖੋਲ੍ਹ ਕੇ ਇੱਕ ਵਾਰੀ ਤੋਰ ਹੀ ਲਈਏ। ਪਹਿਲਾ ਸੂਆ ਦੋਸਤੋ ਸੁਣ ਜਾ ਰਹੀ ਹੈ, ਮੂੰਹ ਮੱਥੇ ਦੀ ਵੀ ਬਹੁਤ ਜ਼ਿਆਦਾ ਸੋਹਣੀ ਹੈ, ਚੰਗਾ ਸੋਹਣਾ ਨਿੱਕਾ ਜਿਹਾ ਸਿੰਘ ਆ ਦੋਸਤੋ, ਰਿੰਗ ਸਿੰਘ ਆ, ਬਿਲਕੁਲ ਪੂਛ 'ਤੇ ਜਮ੍ਹਾਂ ਥੋੜ੍ਹੇ ਵਾਲ, 4-5 ਇੰਚ ਦੀ ਪੂਛ ਜਿਹੜੀ ਵਾਈਟ ਹੈਗੀ ਆ। ਥਣਾਂ ਦੀ ਵਿੱਥ ਵੀ ਦੋਸਤੋ ਵਧੀਆ ਹੈਗੀ ਆ, ਵਿਰਲ ਚੰਗੀ ਆ, ਚਾਰੇ ਥਣ ਦੋਸਤੋ ਜਿਹੜੇ ਸਹੀ ਆਕਾਰ ਦੇ ਹਨ। ਠੀਕ ਹੈ ਜੀ, ਠੀਕ ਆ ਸੁਬੀਰ ਜੀ। ਇੱਕ ਆਪਣੇ ਕੋਲ ਇਹ ਵੈੜ ਆ ਗਈ ਆ, ਇਹ ਵੈੜ ਅੱਗੇ ਕਿੰਨਵਾਂ ਸੂਆ ਸੁਣ ਜਾ ਰਹੀ ਹੈ ਜੀ? ਪਹਿਲਾਂ ਸੁਣ ਜਾ ਰਹੀ ਆ। ਅਤੇ ਕਿੰਨੇ ਕੁ ਦਿਨ ਹਜੇ ਲੈ ਜਾਏਗੀ ਹੋਰ? ਠੀਕ ਹੈ। ਸੋ ਕਿਸਾਨ ਵੀਰੋ, ਪਹਿਲਾ ਸੂਆ ਇਹ ਵੈੜ ਵੀਰ ਹੋਣਾ ਦੇ ਕੋਲ ਹੈਗੀ ਆ, ਸੁਣ ਜਾ ਰਹੀ ਆ, 10 ਕੁ ਦਿਨ ਹਜੇ ਲੈ ਜਾਣੇ ਨੇ ਵੈੜ ਨੇ। ਬਾਕੀ ਤੁਸੀਂ ਵੇਖ ਸਕਦੇ ਹੋ ਥਣ ਲੇਵੇ ਦੀ ਬਿਲਕੁਲ ਠੰਡੀ ਸੀਲ, ਬਿਲਕੁਲ ਢਿੱਲ ਹੈਗੀ ਹਜੇ ਤਕਰੀਬਨ 1.5 ਹਫ਼ਤਾ ਵੀਰ ਹੋਣਾ ਦੱਸਿਆ ਵੀ ਸਮਾਂ ਹਜੇ ਲੈ ਜਾਣਾ, ਬਾਕੀ ਬਿਲਕੁਲ ਠੰਡੀ ਸ਼ਰੀਫ ਦੋਸਤੋ ਇਹ ਵੈੜ ਹੈਗੀ ਆ। ਸੋ ਵੀਰ ਜੀ, ਇਹਦਾ ਵੀ ਮੁੱਲ ਆਪਾਂ ਨੂੰ ਜ਼ਰੂਰ ਦੱਸ ਦਈਏ ਜੀ। ਠੀਕ ਹੈ ਜੀ, 25,000 ਤੇ ਮੇਰੇ ਮਿਲਕ ਕਿੰਨਾ ਕੁ ਕਰ ਦੂਗੀ, ਦੁੱਧ ਕਿੰਨਾ ਕੁ ਕਰ ਦੂਗੀ ਇਸ ਭਾਈ ਸੂਏ ਦੇ ਵਿੱਚ? ਇਹ ਜੀ ਕੋਈ 10-12 ਲੀਟਰ ਦੁੱਧ। ਠੀਕ ਆ। ਸੋ ਕਿਸਾਨ ਵੀਰੋ, 10-12 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਵੈੜ ਦੇ ਥੱਲੇ ਰਹੇਗੀ, ਅਤੇ 25,000 ਵੀਰ ਹੋਣਾ ਨੇ ਇਸਦਾ ਜਿਹੜਾ ਮੁੱਲ ਕੀਤਾ, ਡਿਮਾਂਡ ਕੀਤੀ ਆ। ਸੋ ਵਾਧਾ ਘਾਟਾ ਜਦੋਂ ਮੌਕੇ 'ਤੇ ਤੁਸੀਂ ਆਏ ਤਾਂ ਜ਼ਰੂਰ ਹੋ ਜੂਗਾ ਹਰ ਇੱਕ ਪਸ਼ੂ ਦੇ ਵਿੱਚੋਂ। ਸੋ ਵੀਰ ਜੀ, ਇਹਨੂੰ ਵੀ ਖੋਲ੍ਹ ਕੇ ਆਪਾਂ ਜ਼ਰੂਰ ਤੋਰ ਹੀ ਲਈਏ ਇੱਧਰ। ਬਿਲਕੁਲ ਦੋਸਤੋ, HF ਕਰੋਸ ਦੇ ਵਿੱਚ, ਕਰੋਸ ਬਰੀਡ ਦੇ ਵਿੱਚ ਇਹ ਜਿਹੜੀ ਵੈੜ ਹੈਗੀ ਆ ਵੀਰ ਹੋਣਾ ਦੇ ਕੋਲ, ਅਤੇ ਠੰਡੀ ਸਾਊ ਵੀ ਹੈਗੀ ਆ। ਬਾਕੀ ਜਿਹੜੀ ਥਣਾਂ ਦੀ ਕੁਆਲਿਟੀ, ਜਿੱਥੋਂ ਤੱਕ ਮੈਂ ਦੇਖ ਰਿਹਾ, ਹਰ ਇੱਕ ਪਸ਼ੂ ਦੀ ਜਿਹੜੀ ਥਣ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤਾਂ ਮੈਂ ਦੱਸਣ ਯੋਗ ਹਾਂ। ਬਾਕੀ ਥਣ ਵੀ ਤਕਰੀਬਨ ਸਹੀ ਹਨ ਇਹਨਾਂ ਵੈੜਾਂ ਦੇ। ਬਾਕੀ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਜਿੰਨਾ ਕੁ ਵਿੱਥੀ ਦੇ ਥਣ ਮਗਰਲੇ ਲੱਗੇ ਨੇ, ਅਗਲਿਆਂ ਦੀ ਵਿੱਥ, ਮਗਰਲਿਆਂ ਦੀ ਵਿੱਥ ਜ਼ਰੂਰ ਨੋਟ ਕਰ ਸਕਦੇ ਹੋ। ਜਿਵੇਂ ਹਵਾਨਾ ਥੋੜ੍ਹਾ ਜਿਹਾ ਹਜੇ ਦਿਨ ਤਕਰੀਬਨ ਵੀਰ ਹੋਣਾ ਦੱਸਿਆ ਵੀ ਜਿੱਦਾਂ ਵੀ 1.5 ਹਫ਼ਤਾ ਪਿਆ ਹੈ, ਜਿਵੇਂ ਜਿਵੇਂ ਦੋਸਤੋ ਲੇਵਾ ਤਿਆਰ ਹੋ ਜੂਗਾ ਤਕਰੀਬਨ ਥਣਾਂ ਦਾ ਨਖੇੜ ਵੀ ਥੋੜ੍ਹਾ ਜਿਹਾ ਇਹ ਵੈੜ ਕੱਢ ਜਾਊਗੀ। ਸੋ ਵੀਰ ਜੀ, ਇੱਕ ਆਪਣੇ ਕੋਲ ਸ਼ਾਹੀਵਾਲ ਦੇ ਵਿੱਚ ਵੈੜ ਹੈਗੀ ਆ, ਕਿੰਨੀ ਕੁ ਏਜ ਹੈਗੀ ਇਸ ਦੀ ਜੀ? 2 ਸਾਲ ਹੋ ਗਈ ਹਜੇ, ਫਿਰ ਮੂੰਹੋਂ ਤਾਂ ਫਿਰ ਤਕਰੀਬਨ ਖੀਰੀ ਹੋਵੇਗੀ ਹੈ। ਠੀਕ ਆ ਦੋਸਤੋ, ਸ਼ਾਹੀਵਾਲ ਦੇ ਵਿੱਚ ਇੱਕ ਵੀਰ ਹੋਣਾ ਦੇ ਕੋਲ ਵੈੜ ਆ, 2 ਸਾਲ ਦੀ ਏਜ ਆ, ਮੂੰਹੋਂ ਖੀਰੀ ਕਹਿ ਸਕਦੇ ਆਪਾਂ। ਬਾਕੀ ਥਣ ਜਿਹੜੇ ਆ ਦੋਸਤੋ, ਥਣ 4 ਨੇ, ਚਾਰੇ ਥਣਾਂ ਦਾ ਜਿਹੜਾ ਆਕਾਰ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ। ਠੀਕ ਹੈ ਜੀ। ਬਾਕੀ ਝੋਲੀ ਝਾਲੀ ਦੋਸਤੋ ਬਹੁਤ ਵਧੀਆ ਹਜੇ ਵੈੜ ਨੇ,
ਅੱਗੇ ਬੰਨਾ ਥੰਨਾ ਟੀਕਾ ਵੀ ਲੈ ਲਏਗੀ ਅੱਗੇ ਆਉਣ ਵਾਲੇ ਸਮਾਂ ਦਾ ਕੁਝ ਕੁ ਦਿਨਾਂ ਦੇ ਦੌਰਾਨ। ਸੋ ਵੀਰ ਜੀ ਕੀ ਮੁੱਲ ਕਰਦੇ ਹੁੰਦੇ ਜੀ? 10,000 ਰੁਪਏ 10,000 ਤੇ ਇਹਦੀ ਮਦਰ ਵੀ ਆਪਣੇ ਕੋਲ ਸੀਗੀ? ਮਾਂ ਵੀ ਹਾਂਜੀ। ਕਿੰਨੇ ਕੁ ਲੀਟਰ ਵਾਲੀ ਸੀ ਮਾਂ ਇਹਦੀ? 20 ਲੀਟਰ ਦੁੱਧ ਕੱਢਦੀ ਸੀ। ਠੀਕ ਹੈ ਜੀ। ਸੋ ਦੋਸਤੋ ਮਦਰ ਦਾ ਜਿਹੜਾ ਮਿਲਕ ਸੀਗਾ 20 ਲੀਟਰ ਸੀਗਾ। ਇਹ ਵੈਟ ਵੀ ਕਾਫੀ ਜ਼ਿਆਦਾ ਸਾਊ ਆ, ਚੰਗੀ ਵਧੀਆ, ਬਾਕੀ ਹਾਈਟ ਵੀ ਸੋਹਣੀ ਕੀਤੀ ਹੋਈ ਆ ਵੈਟ ਨੇ। 2 ਸਾਲ ਦੀ ਏਜ ਆ ਤਕਰੀਬਨ, ਅੱਗੇ ਜਲਦੀ ਟੀਕਾ ਲੈ ਲਏਗੀ। ਸੋ ਇਹਨੂੰ ਖੋਲ੍ਹਣ ਦੀ ਲੋੜ ਨਹੀਂ ਹੈਗੀ ਵੀਰ ਜੀ, ਅਤੇ ਮੁੱਲ ਇਹਦਾ 10,000 ਰੁਪਇਆ ਕੀਤਾ ਅਤੇ ਮਾਣ ਤਾਣ ਹੋ ਜਾਏਗਾ, ਹੈ ਨਾ ਜੀ? ਸੋ ਵੀਰ ਜੀ ਇੱਕ ਵਾਰੀ ਦਿਲਬਾਗ ਸਿੰਘ ਜੀ ਆਪਣੇ ਨੰਬਰ ਫਿਰ ਬੋਲ ਕੇ ਜ਼ਰੂਰ ਦੱਸ ਦਈਏ। 99-56 ਜੀ 48-98। ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਵੀ ਵੀਰ ਜੀ ਨੰਬਰ ਹੈਗਾ ਕਿ ਇਹੋ ਨੰਬਰ ਹੀ ਆਪਣੇ ਕੋਲ? ਹਾਂਜੀ 88-725 ਹਾਂਜੀ 20-8-83। ਠੀਕ ਹੈ ਜੀ। ਸੋ 83 ਠੀਕ ਹੈ। ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੋਲ ਪਸ਼ੂ ਐਨੀਮਲ ਸੇਲ ਵਾਸਤੇ ਅਵੇਲੇਬਲ ਨੇ। ਨੰਬਰ ਵੀਰ ਹੋਣਾ ਦੇ ਆਪਾਂ ਆ ਵੀਡੀਓ ਦੇ ਵਿੱਚ ਦੇ ਦਿੱਤੇ ਨੇ ਤੁਹਾਨੂੰ, ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਦੋਸਤੋ। ਕਿਸੇ ਟਾਈਮ ਵੀ ਤੁਸੀਂ ਪਸ਼ੂ ਵੀਰ ਹੋਣਾ ਦੇ ਕੋਲੋਂ ਖਰੀਦ ਸਕਦੇ ਹੋ। ਸਾਰੇ ਚੰਗੇ ਪਸ਼ੂ ਨੇ ਦੋਸਤੋ, ਮੱਝਾਂ ਵੀ ਚੰਗੀਆਂ ਨੇ, ਬਾਕੀ ਚੰਗੇ ਰਿਕਾਰਡ ਵਾਲੀ ਇਹ ਨੀਲੀ ਰਾਵੀ ਦੀ ਜਿਹੜੀ ਮੱਝ ਹੈਗੀ ਆ ਵੀਰ ਹੋਣਾ ਦੇ ਕੋਲ, ਤੁਸੀਂ ਸੰਪਰਕ ਕਰਕੇ ਜ਼ਰੂਰ ਖਰੀਦ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।